ਚਲੀਏ ਫਿਰ ਕਰੀਏ ਸਟਾਰਟ। ਚਲੋ ਚਲੋ ਪਿਆਰੇ, ਇੱਧਰ ਆਉਂਦੇ ਆਪਣੀ ਟੀਮ ਦੇ ਮੇਨ ਮੈਂਬਰ। ਭਾਜੀ ਤੁਸੀਂ ਗਾਣੀਓ ਪਿਆਰੇ, ਇੱਥੇ ਮਾਮਿਆਂ ਨਾਲ ਮੁਲਾਕਾਤ ਹੋਣ ਡੀ ਆ। ਪਤਾ ਨਹੀਂ ਕੀ ਬਣ ਡਿਆ, ਐਨ ਹੁਣ ਆ ਜੇ ਕਿਤੇ ਮੰਤਰੀ ਕੱਲਾ ਚੱਲੇ। ਹਾਂਜੀ ਗਾਈ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ ਸਾਰੇ? ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਅੱਜ ਰੈਡੀ ਸ਼ੈਡੀ ਹੋ ਗਏ ਯਾਰ, ਹੁਣੀ ਚੱਲੇ ਨੇ ਜੀ ਰੈਲੀ 'ਤੇ। ਵੈਲਕਮ ਬੈਕ ਟੂ ਚੈਨਲ ਗਾਈ, ਆਈ ਹੋਪ ਤੁਸੀਂ ਸਾਰੇ ਘੈਂਟ। ਸੋ ਆਪਣੇ ਭਰਾ ਦੀ ਰੈਲੀ 'ਤੇ ਬਸ ਉੱਥੇ ਮਾੜੇ ਜਿਹੇ ਦਰਸ਼ਨ ਦੇਣ ਜਾਣੇ ਆ, ਅਤੇ ਨਾਲ ਦੀ ਨਾਲ ਮੈਂ ਚਲੋ ਰੀਲਾਂ ਵਗੈਰਾ ਵਾਲਾ ਕੰਮ ਡਨ ਕਰ ਆਵਾਂਗੇ। ਸੋ ਸਾਰੇ ਜਣੇ ਵਲੌਗ ਨੂੰ ਲਾਸਟ ਤੱਕ ਜ਼ਰੂਰ ਵੇਖਿਓ, ਵਧੀਆ ਲੱਗੇ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬਾਕੀ ਇੱਧਰ ਗੱਡੀ ਪੂਰੀ ਓਕੇ ਰਿਪੋਰਟ ਹੋਈ ਆ, ਚਮਕਾ ਮਾਰਨ ਡੀ ਆ, ਨਾਲ ਆਪਣੀ ਬੱਕਰੀ। ਸੋ ਮੈਂ ਤਾਂ ਬੱਕਰੀ ਚੱਲੇ ਹਾਂ, ਫੁੱਲਾ ਅੱਜ ਹੈ ਨਹੀਂ, ਫੁੱਲਾ ਗਿਆ ਸੀ ਕੰਮ 'ਤੇ। ਸੋ ਹੁਣ ਚੱਲਦੇ ਹਾਂ, ਪਹਿਲਾਂ ਰੈਲੀ ਵਾਲੇ ਥਾਂ 'ਤੇ ਥੋੜ੍ਹੇ ਜਿਹੇ ਦਰਸ਼ਨ ਦੇ ਆਈਏ, ਉਸ ਤੋਂ ਬਾਅਦ ਆਪਾਂ ਰੀਲਾਂ ਵਾਲਾ ਕੰਮ ਕੱਢ ਲਾਂਗੇ। ਹੋਰ ਚਿੰਟੂ ਮਿੰਟੂ ਠੀਕ ਆ? ਬਸ ਠੀਕ ਬਸ ਠੀਕ ਹੀ ਆਉਂਦੇ ਤੇਰੀ ਕਲਾਸ ਦੇ ਮੁੰਡੇ? ਕਹਿੰਦੇ ਮੈਂ ਰਾਹੁਲ ਨੂੰ ਆਪਾਂ ਜਾਣਦੇ ਆ। ਅੱਛਾ ਸੱਚੀ? ਚੱਲ ਠੀਕ ਆ, ਚੱਲ ਓਏ ਬੱਕਰੀ, ਜਦੋਂ ਵੀ ਮੇਰੇ ਨਾਲ ਜਾਂਦਾ ਨਾ ਕਿਤੇ, ਇੱਕ ਅੱਧਾ ਕੱਪੜਾ ਨਾਲ ਐਕਸਟਰਾ ਲੈ ਕੇ ਜਾਂਦੇ, ਉਹਨੂੰ ਪਤਾ ਹੁੰਦਾ ਵੀ ਰੀਲਾਂ ਬਣਾ ਲਾਂਗੇ। ਇੱਕੋ ਕੱਪੜੇ 'ਚ ਫਿਰ ਯਾਰ ਉਨੀਆਂ ਕੁ ਰੀਲਾਂ ਬਣਦੀਆਂ, ਅਤੇ ਮੈਂ ਚੱਲ ਇੱਕ ਅੱਧਾ ਨਾਲ ਹੋਏ ਤਾਂ ਫਿਰ ਵਧੀਆ ਹੋ ਜਾਂਦਾ। ਹੁਣ ਇੱਥੋਂ ਬਾਅਦ 15 ਮਿੰਟਾਂ ਦਾ ਰਾਹ ਵਾ ਉੱਥੇ ਪਹੁੰਚਣ ਦਾ, ਫਿਰ ਜਾ ਕੇ ਮਿਲਾਉਂਦੇ ਹਾਂ ਤੁਹਾਨੂੰ ਸਾਰੇ। ਪਿਆਰੇ ਉਹ ਪਹੁੰਚ ਗਿਆ ਭਰਾ ਦੀ ਰੈਲੀ 'ਤੇ, ਅਤੇ ਭੂਆ ਦੇ ਮੁੰਡੇ ਦੀ ਰੈਲੀ ਸੀ, ਇੱਧਰ ਕੱਟ ਹੋਇਆ ਪੂਰਾ। ਹਾਂਜੀ ਹਾਂਜੀ ਸਰ ਜੀ, ਲਓ ਜੀ ਚੱਲੀਏ ਫਿਰ ਕਰੀਏ ਸਟਾਰਟ। ਚਲੋ ਚਲੋ ਚੱਲ ਭਾਈ ਸੋਹਣੇ। ਬੱਕਰੀ ਆਪਣੀ ਆਪਾਂ ਇੱਧਰ ਟੰਗ ਦੀ ਆ। ਹੈਲੋ ਬੱਕਰੀ, ਲਓ ਪਿਆਰੇ, ਇੱਧਰ ਆਉਂਦੇ ਆਪਣੀ ਟੀਮ ਦੇ ਮੇਨ ਮੈਂਬਰ। ਭਾਜੀ ਤੁਸੀਂ ਗਾਰੀਓ ਯੋਗ।
ਬਾਬੇ ਮਨੀਰ ਚੈੱਕ ਕਰੋ ਹੁਣ, ਆਹ ਅੱਗੇ ਚੈੱਕ ਕਰੋ, ਆਹ ਪਿੱਛੇ। ਸਾਰੇ ਪਾਸੇ ਰੌਣਕਾਂ ਰੌਣਕਾਂ ਲੱਗੀਆਂ ਪਈਆਂ, ਗਾੜੀ ਮਾਮੇ ਵੀ ਖਲੋਤੇ ਆ। ਲਓ ਪਿਆਰੇ ਉਹ ਪਹਿਲਾ ਸਟੋਪ ਚੈੱਕ ਕਰੋ, ਜਾਮ ਲੱਗ ਗਿਆ। ਬੱਕਰੀ ਜੇ ਮੀਟਅਪ ਕਰੀਏ ਇੰਨੇ ਕੁ ਬੰਦੇ ਆਉਣਗੇ ਕਿ ਨਹੀਂ? ਆਉਣਗੇ। ਲਓ ਪਿਆਰੇ ਇੱਥੇ ਮਾਮਿਆਂ ਨਾਲ ਮੁਲਾਕਾਤ ਹੋਣ ਡੀ ਆ, ਪਤਾ ਨਹੀਂ ਕੀ ਬਣ ਡਿਆ, ਐਨ ਹੁਣ ਆ ਜੇ ਕਿਤੇ ਆ ਵੀਰ। ਓਕੇ ਸਰ ਜੀ, ਠੀਕ ਹੈ। ਲਓ ਪਿਆਰੇ ਉਹ ਮਾੜੇ ਜਿਹੇ ਦਰਸ਼ਨ ਦੇਣੇ, ਹੁਣ ਯਾਰ ਹੋਣੀ ਚੱਲੇ ਨੇ ਘਰ ਨੂੰ, ਚੱਲੀਏ ਵੇ ਹਨਾ, ਦਰਸ਼ਨ ਦੇ ਤੇ ਬਾਅਦ ਚੱਲੀਏ, ਆਪਣੇ ਮੇਨ ਬੰਦੇ ਗੈਬ ਤੇ ਅਸੀਂ ਵੀ ਗੈਬ। ਲਓ ਪਿਆਰੇ ਪੇਟ ਪੂਜਾ ਕਰ ਲਈ ਆ, ਹੁਣ ਚੱਲੀਏ ਰੀਲ ਬਣਾਉਣ, ਆਪਣੇ ਬੰਦੇ ਗੈਬ ਹੋਏ ਤੇ ਸਾਰੀ ਮੰਡੀਰ ਹੀ ਗੈਬ ਹੋ ਗਈ, ਮੰਤਰੀ ਇਕੱਲਾ ਚੱਲ ਜਾਏ, ਮੰਤਰੀ ਰਹਿ ਗਿਆ ਇਕੱਲਾ ਹੀ, ਮੰਤਰੀ ਵੀ ਇਕੱਲਾ ਹੀ ਰਹਿ ਗਿਆ, ਬਾਕੀ ਸਾਰੇ ਨਾਲ ਦੇ ਆ। ਉਦਾਂ ਸਾਰਾ ਇਕੱਠ ਕੁੱਠ ਰਾਜੂ ਨਾਲ ਕਰਕੇ ਹੋਇਆ ਹੈ ਨਾ, ਆਪਣੇ ਵੀਰ ਕਰਕੇ। ਹਾਂ ਚਲੋ ਚੱਲੀਏ ਫਿਰ, ਇੱਥੇ ਚੱਲ ਜਾਂਦੇ ਆ ਮੈਂ ਨਾ ਮੰਡੀ, ਉੱਥੇ ਕਣਕੀ ਬੜੀ ਹੋਣੀ ਵਧੀਆ ਕੋਈ ਯਾਰ, ਉੱਧਰ ਸਾਡੇ ਉੱਧਰ ਨਹੀਂ ਕੋਈ ਹੈਗੀ ਕੋਈ ਲੋਕੇਸ਼ਨ ਪਤਾ ਇੱਥੇ? ਲੋਕੇਸ਼ਨ ਹੋਣੀ ਯਾਰ ਡੇਂਜਰ ਜੀ ਦੇ, ਡੇਂਜਰ ਜੀ ਲਓ ਵੀ ਪਿਆਰੇ ਉਹ ਘੁੰਮਦੇ ਘੁੰਮਾਉਂਦੇ ਹੋਏ ਪਹੁੰਚ ਗਏ ਨੇ ਯਾਰ ਹੋਣੀ ਆਪਣੀ ਲੋਕੇਸ਼ਨ 'ਤੇ, ਇੱਧਰੋਂ ਲਵਾਂਗੇ ਆਪਾਂ ਉਹਦੀ ਫੈਕਟਰੀ ਦੀ ਲੋਕੇਸ਼ਨ। ਹੁਣ ਤੁਰਦੇ ਜਾਣ ਡਿਆ ਵੀਰ, ਆਉਣ ਡਿਆ ਮਗਰ ਮੋਟਰਸਾਈਕਲ ਲੈ ਕੇ, ਸੁਰੇਲੀ ਵਾਲਾ ਵੀ ਕੰਮ ਡਨ ਹੋ ਗਿਆ ਵਾ, ਅਤੇ ਮੇਨ ਹੈਗੀ ਆਪਣੇ ਭੂਆ ਦੇ ਮੁੰਡੇ ਕਰਕੇ ਆਉਣਾ ਪਿਆ ਮੈਨੂੰ, ਉੱਥੋਂ ਤਾਂ ਆਪਾਂ ਕਿਸੇ ਨਾਲ ਕੋਈ ਲਿੰਕ ਨਹੀਂ ਹੈਗਾ, ਬਸ ਉਹਨਾਂ ਨਾਲ ਹੀ ਜਾਂ ਇਹਦੇ ਨਾਲ ਵਾ ਚੱਟੂ ਜੀ, ਹੁਣ ਇੱਥੋਂ ਬਣਾਉਂਦੇ ਹਾਂ, ਇੱਧਰੋਂ ਸਿੱਧੀ ਆਊਗੀ ਬੈਗ ਦੀ। ਹਾਂ ਇੱਥੋਂ ਓਕੇ ਹੋ ਜਾਣਾ, ਲਓ ਵੀ ਪਿਆਰੇ ਹੋ ਰੀਲਸ ਵਗੈਰਾ ਆਪਣੀਆਂ ਹੋ ਗਈਆਂ ਨੇ ਕੰਪਲੀਟ, ਅਤੇ ਪੇਟ ਪੂਜਾ ਵੀ ਹੋ ਗਈ ਆ, ਹੁਣ ਬਸ ਯਾਰ ਹੁਣੀ ਘਰ ਨੂੰ ਚੱਲੇ ਨੇ, ਪਿੰਡ ਹੈਗਾ ਵਾ ਵਿਆਹ, ਅੱਜ ਆ ਕੇ ਵਿਆਹ ਵੇਖਦੇ ਹਾਂ, ਵਿਆਹ ਅੱਜ ਦਾ ਤਾਂ ਨੰਗ ਗਿਆ ਵਾ, ਕੁਛ ਨਹੀਂ ਹੁੰਦਾ ਕੋਈ ਨਹੀਂ, ਮਾੜਾ ਮੋਟਾ ਵੇਖ ਲੈਣਾ, ਜਾ ਕੇ ਪਲੇਟਾਂ ਪਲੂਟਾਂ ਬਣਾ ਆ ਗਿਆ ਪੂਰਾ ਓਏ, ਚਲਦਾ ਛੁੱਟਾ। ਲਓ ਪਿਆਰੇ ਕੰਮ ਆਪਣਾ ਏ ਟੂ ਜ਼ੈਡ ਡਨ ਹੋ ਗਿਆ, ਹੁਣ ਆਪਾਂ ਚੱਲੇ ਹਾਂ ਅਪਾਚੀ ਦਾ ਚੈਨ ਕਵਰ ਲੈਣ, ਸੋ ਮੈਂ ਆਏ ਤਾਂ ਆਈ ਹਾਂ, ਚਲੋ ਉਹ ਵੀ ਪਤਾ ਕਰ ਆਉਂਦੇ ਹਾਂ, ਜੇ ਤਾਂ ਅੱਜ ਮਿਲ ਗਿਆ ਫਿਰ ਤਾਂ ਡਨ ਹੋ ਜੂਗਾ ਕੰਮ, ਇੱਥੇ ਵੀਲਾ ਵੂਲਾ ਵਾਲੀ ਹੈਗੀ ਦੁਕਾਨ ਉੱਦਾਂ ਨਹੀਂ ਨਾ ਗਈ? ਲਓ ਪਿਆਰਿਓ ਦੋ ਤਿੰਨ ਹਫ਼ਤੇ ਹੋ ਗਏ ਘੁੰਮਦਿਆਂ ਨੂੰ, ਪਾਚੀ ਦਾ ਚੈਨ ਕਵਰ ਨਹੀਂ ਮਿਲ ਰਿਹਾ ਯਾਰ ਕਿਤੋਂ,
ਜਿਹੜਾ ਪਲਾਸਟਿਕ ਵਾਲਾ ਨਹੀਂ ਹੁੰਦਾ ਭਾਈ, ਅਪਾਚੀ ਦਾ ਚੈਨ ਕਵਰ ਮਿਲ ਜੂਗਾ? ਨਹੀਂ ਯੰਗਰ।